ਇਨੀ ਦਿਨੀ ਲੋਕਾਂ ਨੇ ਇੱਕ ਬਹੁਤ ਵਧੀਆ ਤਰੀਕਾ ਲੱਭਿਆ ਹੋਇਆ ਤੇ ਉਹ ਤਰੀਕਾ ਪਹਿਲਾਂ ਕੁਝ ਗਲਤ ਕਰ ਲਵੋ ਤੇ ਫਿਰ ਦੁਬਾਰਾ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਸ ਦੀ ਮੁਆਫੀ ਮੰਗ ਲਓ। ਬੀਤੇ ਦਿਨੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਇੱਕ ਕੁੜੀ ਸ੍ਰੀ ਦਰਬਾਰ ਸਾਹਿਬ ਵਿੱਚ ਗਾਣਿਆਂ ਦੀ ਤਰਜ਼ ਤੇ ਨੱਚਦੀ ਨਜ਼ਰ ਆਈ। ਇਸ ਦਾ ਵਿਰੋਧ ਹੋਇਆ ਤਾਂ ਇਸ ਨੇ ਇਹ ਕਹਿ ਕੇ ਮੁਆਫੀ ਮੰਗ ਲਈ ਕਿ ਉਸ ਨੂੰ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦਾ ਨਹੀਂ ਪਤਾ ਸੀ। ਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੇ ਪੂਰੇ ਸਿੱਖ ਜਗਤ ਦਾ ਗੁੱਸਾ ਵਧਾਇਆ ਹੋਇਆ। ਇਸ ਵੀਡੀਓ ਵਿੱਚ ਇੱਕ ਕੁੜੀ ਦਮਾਲਾ ਸਜਾ ਕੇ ਅਜਿਹੇ ਗਾਣੇ ਉੱਤੇ ਐਕਟ ਕਰ ਰਹੀ ਹੈ ਜਿਸ ਨੂੰ ਕੋਈ ਵੈਸੇ ਵੀ ਸੁਣ ਨਹੀਂ ਸਕਦਾ। ਸੋਸ਼ਲ ਮੀਡੀਆ ਦੀਆਂ ਪਾਬੰਦੀਆਂ ਕਾਰਨ ਤੁਹਾਨੂੰ ਕੁਝ ਹੀ ਸਕਿੰਟ ਦਾ ਵੀਡੀਓ ਵਿਖਾ ਸਕਦੇ ਹਾਂ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇਸ ਕੁੜੀ ਦਾ ਵੀ ਵੀਡੀਓ ਸਾਹਮਣੇ ਆ ਗਿਆ ਤੇ ਕਹਿਣ ਲੱਗੀ ਕਿ ਮੈਨੂੰ ਦੁਮਾਲੇ ਬਾਰੇ ਨਹੀਂ ਪਤਾ ਸੀ ਤੇ ਇਸ ਕਰਕੇ ਹੁਣ ਇਸ ਨੂੰ ਵੀ ਮੁਆਫ ਕਰ ਦਿਓ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਦੁਮਾਲੇ ਤੇ ਚੋਲੇ ਬਾਰੇ ਨਹੀਂ ਪਤਾ ਸੀ। ਉਹਦੇ ਮੈਂ ਹਜ ਨਵੀਂ ਨਵੀਂ ਜੁੜੀ ਹਾਂ ਤੇ ਮੈਂ ਦੁਮਾਲਾ ਬੰਨਣਾ ਸਿੱਖ ਰਹੀ ਸੀ ਤੇ ਮੈਨੂੰ ਮੇਰੇ ਕੋਲੋਂ ਗਲਤੀ ਨਾਲ ਵੀਡੀਓ ਪੈ ਗਈ ਤੇ ਜਦੋਂ ਮੇਰੇ ਕੋਲ ਵੀਡੀਓ ਆਈ ਤੇ ਮੈਨੂੰ ਬਹੁਤ ਬੁਰਾ ਲੱਗਿਆ ਕਿ ਮੈਂ ਇੱਦਾਂ ਦੀ ਵੀਡੀਓ ਬਣਾਈ ਹੈ। ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਮਾਫ਼ ਕਰਨਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਗੱਲ ਠੀਕ ਹੈ ਕਿ ਸੋਸ਼ਲ ਮੀਡੀਆ ਉੱਤੇ ਅਸੀਂ ਕੁਝ ਵੀ ਪਾ ਸਕਦੇ ਹਾਂ। ਸੋਸ਼ਲ ਮੀਡੀਆ ਨੇ ਸਭ ਨੂੰ ਆਜ਼ਾਦੀ ਦਿੱਤੀ ਹੋਈ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਪਹਿਲਾਂ ਕੁਝ ਗਲਤ ਕਰ ਦਵੋ ਤੇ ਫਿਰ ਉਸ ਦੀ ਮੁਆਫ਼ੀ ਮੰਗ ਲਓ। ਖੇਡ ਸਿਰਫ ਵਿਊਜ਼ ਦੀ ਹੈ। ਪਹਿਲਾਂ ਦੁਮਾਲਾ ਸਜਾ ਕੇ ਅਜਿਹੀ ਕਰਤੂਤ ਕੀਤੀ, ਉਸ ਨੂੰ ਸਭ ਨੇ ਵਾਇਰਲ ਕਰ ਦਿੱਤਾ ਤੇ ਬਾਅਦ ਵਿੱਚ ਹੁਣ ਮੁਆਫ਼ੀ ਮੰਗ ਲਈ ਤੇ ਇਸ ਨੂੰ ਵੀ ਲੋਕ ਵਾਇਰਲ ਕਰਨਗੇ। ਮਤਲਬ ਦੋਨਾਂ ਪੱਖਾਂ ਵਿੱਚ ਵਿਊ ਬਟੋਰ ਲਏ। ਪਰ ਇਸ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਖ਼ਤ ਜ਼ਰੂਰ ਹੋਣਾ ਪਏਗਾ, ਨਹੀਂ ਤਾਂ ਇਹ ਲੋਕ ਕੋਝੀਆਂ ਚਾਲਾਂ ਨਾਲ ਹੀ ਸਿੱਖੀ ਨੂੰ ਖੋਰਾ ਲਾਉਂਦੇ ਰਹਿਣਗੇ। ਖੈਰ ਇਸ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੀ ਪ੍ਰਤੀਕਰਮ ਰਹਿੰਦਾ ਇਹ ਵੇਖਣਾ ਲਾਜ਼ਮੀ ਰਹੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।